ਅੱਜ ਅਸੀਂ ਤੁਹਾਨੂੰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਰੂਹ ਦੀ ਨਾਲ ਜੁੜੀ ਖਾਸ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੋਂ ਅਪੀਲ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਰੇ ਦਰਸ਼ਕ ਆਪਣਾ ਪਿਆਰ ਸਾਨੂੰ ਕਮੈਂਟ ਦੇ ਰੂਪ ਵਿੱਚ ਜ਼ਰੂਰ ਦੇਣ। ਤਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਪਲੇਟਫਾਰਮ ਇੱਕ ਅਜਿਹਾ ਜ਼ਰੀਆ ਹੈ ਜਿਸ ਤੇ ਕਦੋਂ ਕੀ ਵਾਇਰਲ ਹੋ ਜਾਵੇ ਕੁਛ ਕਿਹਾ ਨਹੀਂ ਜਾ ਸਕਦਾ। ਫਰਕ ਸਿਰਫ ਇੰਨਾ ਹੀ ਹੈ ਕਿ ਲੋਕ ਇਸਦਾ ਸਹੀ ਇਸਤੇਮਾਲ ਕਿੰਨਾ ਕਰਦੇ ਹਨ। ਇਹਨਾਂ ਵਿੱਚੋਂ ਹੀ ਇੱਕ ਪਲੇਟਫਾਰਮ ਹੈ ਇੰਸਟਾਗ੍ਰਾਮ, ਜਿਸ ਤੇ ਪਾਈ ਗਈ ਰੀਲ ਚੰਦ ਮਿੰਟਾਂ ਚ ਹੀ ਕਿੰਨੀ ਤੇਜ਼ੀ ਦੇ ਨਾਲ ਵਾਇਰਲ ਹੋਏਗੀ ਇਸਦਾ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ। ਇੰਸਟਾਗ੍ਰਾਮ ਦੇ ਇਸੇ ਪਲੇਟਫਾਰਮ ਦਾ ਸਹੀ ਇਸਤੇਮਾਲ ਕਰਦੇ ਹੋਏ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਤਿਕਾਰਯੋਗ ਬੇਟੀ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਸਮਾਜ ਅਤੇ ਦੇਸ਼ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ। ਤੁਹਾਨੂੰ ਦੱਸ ਦਈਏ ਕਿ ਰੂਹ ਦੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਫਾਲੋਵਰਸ ਦਾ ਅੰਕੜਾ 10 ਲੱਖ ਯਾਨੀ 1 ਮਿਲੀਅਨ ਪਾਰ ਕਰ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਭੈਣ ਰੂਹ ਦੀ ਦੁਆਰਾ ਸੋਸ਼ਲ ਮੀਡੀਆ ਤੇ ਸਭ ਤੋਂ ਪ੍ਰਚਲਿਤ ਪਲੇਟਫਾਰਮ ਇੰਸਟਾਗ੍ਰਾਮ ਤੇ ਅਕਾਊਂਟ ਬਣਾਏ ਹੋਏ ਹਲੇ ਕੁਝ ਹੀ ਸਮਾਂ ਹੋਇਆ। ਅਜਿਹੇ ਵਿੱਚ 10 ਲੱਖ ਲੋਕਾਂ ਦਾ ਅੰਕੜਾ ਹਾਸਲ ਕਰਨਾ ਵੱਡੀ ਉਪਲਬਧੀ ਹੈ। ਇਸ ਸੋਸ਼ਲ ਮੀਡੀਆ ਹੈਂਡਲ ਤੇ ਮਾਨਵਤਾ ਭਲਾਈ ਕਾਰਜ, ਸਮਾਜਿਕ ਜਾਗਰੂਕਤਾ, ਦੇਸ਼ ਭਗਤੀ, ਪਰਿਆਵਰਣ, ਪਸ਼ੂ ਪਕਸ਼ੀ ਅਤੇ ਸਿਹਤ ਨਾਲ ਜੁੜੇ ਤਮਾਮ ਰੀਲਸ ਪੋਸਟ ਕਰਦੇ ਹੋਏ ਰੂਹ ਦੀ ਨੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਉੱਥੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਸਹੀ ਇਸਤੇਮਾਲ ਕਰਨ ਦਾ ਵੀ ਸੰਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ਵਿੱਚ ਸਤਿਕਾਰਯੋਗ ਰੂਹ ਦੀ ਸਮੇਤ ਅੱਜ ਕਰੋੜਾਂ ਡੇਰਾ ਸ਼ਰਧਾਲੂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਦੇ ਹੋਏ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਡੇਰਾ ਸ਼ਰਧਾਲੂ ਕਈ ਰਿਕਾਰਡ ਵੀ ਦਰਜ ਕਰਵਾ ਚੁੱਕੇ ਹਨ। ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਸਟੋਰੀ ਅੱਛੀ ਲੱਗੀ ਹੋਏਗੀ। ਇਸ ਨੂੰ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। Thank you, my 1 million Insta fam. आप सब मुझे अपना ऐसे ही प्यार और सपोर्ट देते रहे। किस तरह करूं शुक्रिया, अल्फाज नहीं मिलते। जिंदगी ना होती इतनी खूबसूरत अगर पापा आप ना मिलते। पापा जी हमेशा हमें अपनी शिक्षाओं पर चलने की प्रेरणा और ऐसे ही खुशियां देते रहें। फकर मुझे होता है पापा आपकी रहमत पे, लोग मुझे जब बेटी आपकी कहते हैं। देश दुनिया दी तमाम खबरों नाल जुड़े रहने लिए सब्सक्राइब करो यूट्यूब ते सच कहूं पंजाबी चैनल। इस दे नाल ही बेल आइकन दब के पाओ लेटेस्ट अपडेट सब तो पहला।